ਹੋਲੀ ਮੌਕੇ ਵੱਡਾ ਹਾਦਸਾ ਹੋਇਆ ਏ। ਬੀਤੇ ਦਿਨ ਹੋਲੀ ਸੀ, ਨੌਜਵਾਨ ਇਸ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ। ਅਚਾਨਕ ਉਹਨਾਂ ਦੇ ਮੂਹਰੇ ਕੋਈ ਚੀਜ਼ ਆਉਂਦੀ ਹੈ, ਨੌਜਵਾਨ ਗੱਡੀ ਮੁੜਨ ਦੀ ਕੋਸ਼ਿਸ਼ ਕਰਦਾ ਏ, ਗੱਡੀ ਮੁੜਨ ਦੀ ਬਜਾਏ ਕਲਾਬਾਜ਼ੀਆਂ ਖਾ ਜਾਂਦੀ ਹੈ। ਤਾਂ ਦੇਖ ਰਹੇ ਹੋ ਕਿ ਕਿਵੇਂ ਪਲਟ ਗਈ ਆ ਗੱਡੀ, ਗੱਡੀ ਦਾ ਨੁਕਸਾਨ ਹੋਇਆ ਏ। ਗੱਡੀ ਦੇ ਵਿੱਚ ਦੋ ਨੌਜਵਾਨ ਸਵਾਰ ਸਨ, ਜਾਣਕਾਰੀ ਮੁਤਾਬਕ ਰਫਤਾਰ ਦੇ ਵਿੱਚ ਸੀ, ਤੇਜ਼ ਰਫਤਾਰ ਸੀ ਇਹ ਗੱਡੀ। ਅਚਾਨਕ ਮੂਹਰੇ ਕੋਈ ਚੀਜ਼ ਆ ਜਾਂਦੀ ਹੈ, ਜਿਸ ਨੂੰ ਬਚਾਉਣ ਦੇ ਚੱਕਰ 'ਚ ਜਿਹੜਾ ਡਰਾਈਵਰ ਹੈ ਉਹ ਸਟੇਅਰਿੰਗ ਘੁੰਮਾਉਂਦਾ ਹੈ ਅਤੇ ਗੱਡੀ ਪਲਟ ਜਾਂਦੀ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲੁਧਿਆਣਾ ਦੇ ਦੱਖਣੀ ਬਾਈਪਾਸ ਦੀਆਂ, ਜਿੱਥੇ ਵੱਡਾ ਹਾਦਸਾ ਹੋਇਆ ਹੈ। ਕਾਰ ਪਲਟ ਗਈ ਹੈ, ਮੌਕੇ 'ਤੇ ਕਾਫੀ ਭੀੜ ਲੱਗ ਜਾਂਦੀ ਹੈ, ਕਈ ਘੰਟਿਆਂ ਤੱਕ ਟ੍ਰੈਫਿਕ ਜਾਮ ਲੱਗਦਾ ਹੈ। ਤਾਂ ਦੋ ਨੌਜਵਾਨ ਹੋਲੀ ਖੇਡ ਕੇ ਘਰ ਵਾਪਸ ਆ ਰਹੇ ਸੀ, ਤਾਂ ਰਾਹ ਦੇ ਵਿੱਚ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ। ਡੀਜੋਂ ਤੋਂ ਪੁਲ ਚੜ੍ਹ ਰਹੀ ਤਾਂ ਡੀਜੋਂ ਤੋਂ ਪੁਲ ਚੜ੍ਹੀ ਗੱਡੀ, ਅਚਾਨਕ ਅੱਗੇ ਚੀਜ਼ ਆ ਗਈ ਤਾਂ ਗੱਡੀ ਸਾਈਡ 'ਤੇ ਕਰਨ ਲੱਗਾ ਤਾਂ ਗੱਡੀ ਪਲਟ ਗਈ। ਡੀ ਜੋਨ 'ਤੇ ਗੱਡੀ ਰੋਡ ਚੜ੍ਹ ਰਹੀ ਸੀ, ਅਚਾਨਕ ਗਾੜੀ ਚੀਜ਼ ਆ ਗਈ, ਉਹਨੇ ਕੱਟੀ ਗੱਡੀ ਪਲਟ ਗਈ। ਵਿੱਚ ਪੈ ਰਿਹਾ ਤਾਂ ਮੈਂ ਦੋ ਜਣੇ ਮੁੰਡੇ ਡਰਾਈਵਰ ਖਲੋਤਾ ਵਾ, ਹੋਰ ਬਚਾਅ ਕਰ ਠੀਕ ਠਾਕ ਰਹਾ। ਨਹੀਂ ਨਹੀਂ ਕੋਈ ਰਸ਼ਨ ਨਹੀਂ ਕੀਤਾ ਜੀ, ਬਿਲਕੁਲ ਸਹੀ ਹੈ ਜੀ। ਓਕੇ ਠੀਕ ਹੈ। ਹੋਲੀ ਮੌਕੇ ਵੱਡਾ ਹਾਦਸਾ ਹੋਇਆ ਏ। ਬੀਤੇ ਦਿਨ ਹੋਲੀ ਸੀ, ਨੌਜਵਾਨ ਇਸ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ। ਅਚਾਨਕ ਉਹਨਾਂ ਦੇ ਮੂਹਰੇ ਕੋਈ ਚੀਜ਼ ਆਉਂਦੀ ਹੈ, ਨੌਜਵਾਨ ਗੱਡੀ ਮੁੜਨ ਦੀ ਕੋਸ਼ਿਸ਼ ਕਰਦਾ ਏ, ਗੱਡੀ ਮੁੜਨ ਦੀ ਬਜਾਏ ਕਲਾਬਾਜ਼ੀਆਂ ਖਾ ਜਾਂਦੀ ਹੈ। ਤਾਂ ਦੇਖ ਰਹੇ ਹੋ ਕਿ ਕਿਵੇਂ ਪਲਟ ਗਈ ਆ ਗੱਡੀ, ਗੱਡੀ ਦਾ ਨੁਕਸਾਨ ਹੋਇਆ ਏ। ਗੱਡੀ ਦੇ ਵਿੱਚ ਦੋ ਨੌਜਵਾਨ ਸਵਾਰ ਸਨ, ਜਾਣਕਾਰੀ ਮੁਤਾਬਕ ਰਫਤਾਰ ਦੇ ਵਿੱਚ ਸੀ, ਤੇਜ਼ ਰਫਤਾਰ ਸੀ ਇਹ ਗੱਡੀ। ਅਚਾਨਕ ਮੂਹਰੇ ਕੋਈ ਚੀਜ਼ ਆ ਜਾਂਦੀ ਹੈ, ਜਿਸ ਨੂੰ ਬਚਾਉਣ ਦੇ ਚੱਕਰ 'ਚ ਜਿਹੜਾ ਡਰਾਈਵਰ ਹੈ ਉਹ ਸਟੇਅਰਿੰਗ ਘੁੰਮਾਉਂਦਾ ਏ ਅਤੇ ਗੱਡੀ ਪਲਟ ਜਾਂਦੀ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲੁਧਿਆਣਾ ਦੇ ਦੱਖਣੀ ਬਾਈਪਾਸ ਦੀਆਂ, ਜਿੱਥੇ ਵੱਡਾ ਹਾਦਸਾ ਹੋਇਆ ਏ। ਕਾਰ ਪਲਟ ਗਈ ਹੈ, ਮੌਕੇ 'ਤੇ ਕਾਫੀ ਭੀੜ ਲੱਗ ਜਾਂਦੀ ਹੈ, ਕਈ ਘੰਟਿਆਂ ਤੱਕ ਟ੍ਰੈਫਿਕ ਜਾਮ ਲੱਗਦਾ ਏ। ਤਾਂ ਦੋ ਨੌਜਵਾਨ ਹੋਲੀ ਖੇਡ ਕੇ ਘਰ ਵਾਪਸ ਆ ਰਹੇ ਸੀ, ਤਾਂ ਰਾਹ ਦੇ ਵਿੱਚ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ। ਡੀਜੋਂ ਤੋਂ ਪੁਲ ਚੜ੍ਹ ਰਹੀ ਤਾਂ ਡੀਜੋਂ ਤੋਂ ਪੁਲ ਚੜ੍ਹੀ ਗੱਡੀ, ਅਚਾਨਕ ਅੱਗੇ ਚੀਜ਼ ਆ ਗਈ ਤਾਂ ਗੱਡੀ ਸਾਈਡ 'ਤੇ ਕਰਨ ਲੱਗਾ ਤਾਂ ਗੱਡੀ ਪਲਟ ਗਈ। ਡੀ ਜੋਨ 'ਤੇ ਗੱਡੀ ਰੋਡ ਚੜ੍ਹ ਰਹੀ ਸੀ, ਅਚਾਨਕ ਗਾੜੀ ਚੀਜ਼ ਆ ਗਈ, ਉਹਨੇ ਕੱਟੀ ਗੱਡੀ ਪਲਟ ਗਈ। ਵਿੱਚ ਪੈ ਰਿਹਾ ਤਾਂ ਮੈਂ ਦੋ ਜਣੇ ਮੁੰਡੇ ਡਰਾਈਵਰ ਖਲੋਤਾ ਵਾ, ਹੋਰ ਬਚਾਅ ਕਰ ਠੀਕ ਠਾਕ ਰਹਾ। ਨਹੀਂ ਨਹੀਂ ਕੋਈ ਰਸ਼ਨ ਨਹੀਂ ਕੀਤਾ ਜੀ, ਬਿਲਕੁਲ ਸਹੀ ਹੈ ਜੀ। ਓਕੇ ਠੀਕ ਹੈ।